ਪਹਾੜਾਂ ਦੀ ਸੈਰ ਕਰਨ ਗਏ ਇੱਕ ਸਪੈਨਿਸ਼ ਜੋੜੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਕੁੱਟਮਾਰ ਇੰਨੀ ਬੇਰਹਿਮੀ ਦੇ ਨਾਲ ਕੀਤੀ ਗਈ ਹੈ ਕਿ ਇੱਕ ਜੋ ਪੰਜਾਬੀ ਨੌਜਵਾਨ ਸੀ ਉਹ 3 ਦਿਨ ਕੋਮਾ ਦੇ ਵਿੱਚ ਰਹਿ ਕੇ ਬਾਹਰ ਆਇਆ ਅਤੇ ਸਪੈਨਿਸ਼ ਲੜਕੀ ਨੇ ਆਪਣੇ ਮੂੰਹ ਨਾਲ ਸਾਰੀ ਵਾਰਦਾਤ ਦੱਸੀ ਹੈ। ਦੱਸ ਦਈਏ ਕਿ ਇਹ ਲੜਕਾ ਜੋ ਹੈ ਪੰਜਾਬ ਤੋਂ ਸੀ ਅਤੇ ਸਪੈਨਿਸ਼ ਲੜਕੀ ਦੇ ਨਾਲ ਇਸਦੇ ਵੱਲੋਂ ਵਿਆਹ ਕਰਵਾਇਆ ਗਿਆ ਸੀ। 25 ਸਾਲਾਂ ਬਾਅਦ ਕਿਹਾ ਜਾ ਰਿਹਾ ਕਿ ਪੰਜਾਬ ਜਦੋਂ ਵਾਪਸ ਆਉਂਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਡਲਹੌਜੀ ਦੇ ਵਿੱਚ ਘੁੰਮਣ ਜਾਂਦੇ ਨੇ। ਖਜਿਆਰ ਦੇ ਵਿੱਚ ਜਦ ਇਹ ਪਹੁੰਚਦੇ ਨੇ ਤਾਂ ਇਸ ਲੜਕੀ ਦਾ ਦੇਵਰ ਵੀ ਨਾਲ ਹੁੰਦਾ ਅਤੇ ਜਿਵੇਂ ਇਹਨਾਂ ਦੇ ਵੱਲੋਂ ਗੱਡੀ ਪਾਰਕ ਕੀਤੀ ਜਾਂਦੀ ਹੈ ਤਾਂ ਉੱਥੇ ਕਿਸੇ ਗੱਲ ਨੂੰ ਲੈ ਕੇ ਇੱਕ ਵਿਅਕਤੀ ਦੇ ਨਾਲ ਥੋੜ੍ਹੀ ਬਹਿਸ ਹੋ ਜਾਂਦੀ ਹੈ। ਪਰ ਇੰਨੇ ਦੇ ਵਿੱਚ ਹੀ ਉਸ ਵਿਅਕਤੀ ਦੇ ਵੱਲੋਂ ਆਪਣੇ ਨਾਲ ਦੇ ਸਾਥੀ ਸੱਦ ਲਏ ਜਾਂਦੇ ਨੇ। 100 ਦੇ ਕਰੀਬ ਲੋਕਾਂ ਦੇ ਵੱਲੋਂ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਜੋ ਸਪੈਨਿਸ਼ ਲੜਕੀ ਹੈ ਉਸਦਾ ਪਤੀ ਅਤੇ ਉਸਦਾ ਦੇਵਰ ਦੋਵੇਂ ਹੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ ਸਪੈਨਿਸ਼ ਲੜਕੀ ਦੇ ਵੱਲੋਂ ਆਪਣੇ ਮੂੰਹ ਨਾਲ ਸਾਰੀ ਸੱਚਾਈ ਦੱਸੀ ਗਈ ਹੈ। ਉਸਦਾ ਕਹਿਣਾ ਹੈ ਕਿ ਇੰਨੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਕਿ ਇਹਨਾਂ ਦੋਵਾਂ ਨੂੰ ਕੋਈ ਵੀ ਹੋਸ਼ ਨਹੀਂ ਸੀ ਅਤੇ ਜਦੋਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਸ ਤੋਂ 3 ਦਿਨ ਬਾਅਦ ਇਹਨਾਂ ਦੋਵਾਂ ਨੂੰ ਹੋਸ਼ ਆਈ ਹੈ। ਤਾਂ ਆਖਿਰ ਕੀ ਕੁਝ ਕਹਿਣਾ ਇਸ ਸਪੈਨਿਸ਼ ਲੜਕੀ ਦਾ, ਆਓ ਤੁਹਾਨੂੰ ਇੱਕ ਵਾਰ ਪਹਿਲਾਂ ਉਹ ਵੀ ਸੁਣਾ ਦਿੰਦੇ ਹਾਂ। Fuimos de viaje, mi cuñado, mi marido y yo. ਅਸੀਂ ਕਹਿੰਦੇ ਮੈਂ ਅਤੇ ਮੇਰਾ ਘਰਵਾਲਾ ਅਤੇ ਮੇਰਾ ਦੇਰ ਘੁੰਮਣ ਵਾਸਤੇ ਗਏ ਸੀ। Estuvimos en primero visitando una amistad de mi cuñado en Jalandhar y después decidimos ir a Dalhousie los tres. Jalandhar pehlo ruke hi, Jalandhar ton hi Dalhousie gaye hi. Estábamos pasando un buen día, hacía un día muy bueno, estábamos en familia los tres. Bahut vadhiya kehndi din hi ahi apni family de vich sare family de ji ikatthe ja rahe hi. Cuando llegó una persona y empezó a insultar a mi cuñado. Jadon kehndi ik banda aaya te mere jehda mera der aa onu jehda va oh gaalan kadni shuru kar ditti unne. Mi marido entonces también empezó a defenderlo. Te mera ghar wala jehda va onu agon defend karna unne karna di koshish kiti. Y entonces llegaron 100 personas y se echaron encima de los dos. ਅਤੇ ਜਦੋਂ ਕਿ ਉਹਨੇ ਫੋਨ ਕਰਕੇ ਘੱਟੋ ਘੱਟ 100 ਬੰਦਾ ਇੱਕ ਮਿੰਟ 'ਚ ਸੱਦ ਕੇ ਸਾਡੇ ਉੱਤੇ ਅਟੈਕ ਕਰ ਦਿੱਤਾ। Yo creía que no los iba a ver más, creía que mi cuñado y mi marido habían muerto. ਕਹਿੰਦੇ ਮੈਨੂੰ ਇਹ ਲੱਗਦਾ ਕਿ ਇਹ ਸਾਨੂੰ ਮਾਰ ਦੇਣਗੇ ਇੱਥੇ, ਇੰਨੇ ਖਤਰਨਾਕ ਤਰੀਕੇ ਨਾਲ ਉਹਨਾਂ ਨੇ ਸਾਨੂੰ ਜਿਹੜਾ ਵਾ ਉਹ ਅਟੈਕ ਕੀਤਾ ਸਾਡੇ 'ਤੇ। Era imposible verlos en esa masa de gente. ਇੰਨਾ ਜ਼ਿਆਦਾ ਲੋਕ ਸੀ ਤਾਂ ਕਿਉਂਕਿ ਇਹ ਵਿੱਚ ਦੇਖ ਨਹੀਂ ਰਹੇ। Me sentí desprotegida. ਮੈਨੂੰ ਕਹਿੰਦੀ ਐ ਲੱਗਦਾ ਪ੍ਰੋਟੈਕਸ਼ਨ ਤੋਂ, ਇੱਥੇ ਕੋਈ ਪ੍ਰੋਟੈਕਸ਼ਨ ਨਹੀਂ ਹੈ ਇੰਡੀਆ 'ਚ। Y creía que nos iban a matar a los tres. ਸਾਨੂੰ ਤਿੰਨਾਂ ਨੂੰ ਮਾਰ ਦੇਣਗੇ ਲੋਕ। Gracias a que llegaron tres policías que fueron tres ángeles. ਤਿੰਨ ਪੁਲਿਸ ਵਾਲੇ ਆਏ, ਉਹਨਾਂ ਦੀ ਵਜ੍ਹਾ ਕਰਕੇ ਬਚ ਗਏ ਸੀ। Empezaron con palos a darle a esa gente. ਜਿਹੜਾ ਉਹਨਾਂ ਨੇ ਡੰਡਿਆਂ ਨਾਲ ਉਹਨਾਂ ਨੂੰ ਪਿੱਛੇ ਕੀਤਾ। Y por fin ya vi a mi cuñado y a mi marido en el suelo con sangre, toda la cabeza y todo el cuerpo. ਤੇ ਫਿਰ ਜਿਹੜਾ ਇਹਨਾਂ ਨੂੰ ਮੈਂ ਵੇਖਿਆ ਥੱਲੇ ਡਿੱਗਿਆਂ ਨੂੰ, ਖੂਨ ਨਿਕਲਦਾ ਇਹਨਾਂ ਦਾ ਸਿਰਾਂ ਦੇ ਵਿੱਚ। Me dio un ataque de ansiedad, no sabía qué hacer en ese momento.
ਕਹਿੰਦੀ ਮੈਨੂੰ ਜਿਹੜਾ ਪੈਨਿਕ ਅਟੈਕ ਆ ਗਿਆ ਸੀ ਇੱਕਦਮ ਵੇਖ ਕੇ ਇੰਨਾ ਕੁਛ। ਲਾ ਪੋਲੀਸੀਆ ਨੂੰ ਸਕੰਪਾਨੀਓ ਆ ਉਨ ਕੁਆਰਟੋ ਈ ਪਾਰਾ ਪੋਦਰਲੋ ਵੇਰ ਆ ਵੇਰ ਕੇ ਤਾਲ ਸਟਾਵਾ ਐਲ। ਪੁਲਿਸ ਨੇ ਸਾਨੂੰ ਪੁਲਿਸ ਸਟੇਸ਼ਨ ਖੜਿਆ ਉੱਥੇ। ਦੇਸਪੁਏਸ ਮੁਈ ਅਮਾਬਲੇ ਉਨ ਪੋਲੀਸੀਆ ਨੂੰ ਸਕੰਪਾਨੀਓ ਆਲ ਹਸਪੀਟਲ ਪਾਰਾ ਕੇ ਕੁਰਾਰਲੇ। ਇੱਕ ਪੁਲਿਸ ਵਾਲੇ ਨੇ ਸਾਨੂੰ ਹਸਪੀਟਲ ਲੈ ਕੇ ਗਿਆ ਸਾਨੂੰ ਨਾਲੇ ਬਾਅਦ ਦੇ ਵਿੱਚ। Gracias a Dios que no pasó, no murió ni mi cuñado, ni mi marido, ni yo, ni pasó nada muy grave. Thank you, Gindi, Rab da, que saadi jaan bach gayi, mere ghar wale di, mere der di, jidda unna ne sanu maran di koshish kiti. Y estamos los tres vivos. Te hi tinne hai is time zindagi de vich apni ch. Lo único que digo es que no vaya ninguna persona extranjera a Imachel porque es muy peligroso para cualquier persona. Koi bhi banda jehda va Himachal ch na jave kyunki bahut khatarnak ya jehda koi banda bahron ghumna honda ja ghumna jana chahunda koi Punjabi Himachal de vich please aap dhyan naal jaayo ke ja koi banda je foreigner aunda oh vi ਨਾ ਜਾਏ ਉੱਥੇ। ਕਾਰੋਬਾਰ ਦੇ ਅਕੋਰਡਿੰਗ ਅਸੀਂ ਸਟਾਰਟ ਕਰਨ ਵਾਸਤੇ ਸਾਡੀ ਫਸਟ ਮੀਟਿੰਗ ਜਿਹੜੀ ਆ ਕੱਲ੍ਹ 100 ਬੰਦੇ ਦੀ ਅਸੀਂ ਪਹਿਲੀ ਇਨਵੀਟੇਸ਼ਨ ਸੀ ਸਾਡਾ ਕਿ ਕਾਫੀ ਹੋਰ ਸਟੇਟ ਤੋਂ ਵੀ ਲੋਕ ਆਉਣੇ ਆ ਹਿਜਾਤ ਹੋਟਲ ਅੰਮ੍ਰਿਤਸਰ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਸੀ ਜਿਹਦੇ ਵਿੱਚ ਅਸੀਂ ਆਪਣੇ ਬਿਜ਼ਨਸ ਦੀ ਪ੍ਰੈਜੈਂਟੇਸ਼ਨ ਦੇਣੀ ਸੀ ਜਿੱਥੇ ਅਸੀਂ ਯੰਗ ਆਪਣੀ ਜਨਰੇਸ਼ਨ ਨੂੰ ਆਪਣੇ ਫੋਨ ਤੋਂ ਕਿੱਦਾਂ ਇਨਕਮ ਜਨਰੇਟ ਕਰ ਸਕਦੇ ਆ ਜੋ ਕਿ ਫੋਰਨਰ ਕੰਟਰੀਆਂ ਦੇ ਵਿੱਚ ਅਮੈਰੀਕਾ ਦੇ ਵਿੱਚ ਕੈਨੇਡਾ ਨਿਊਜ਼ੀਲੈਂਡ ਡਿਫਰੈਂਟ ਡਿਫਰੈਂਟ ਕੰਟਰੀਆਂ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਹਿ ਕੇ ਇਨਕਮ ਜਨਰੇਟ ਕਰ ਰਹੇ ਜਿਨ 'ਤੇ ਆਪਣੇ ਮੁਲਕ ਛੱਡ ਕੇ ਜਾਣ ਦੀ ਲੋੜ ਨਹੀਂ ਹੈਗੀ। ਸਾਡੀ ਇਹ ਮੈਸੇਜ ਅਸੀਂ ਦੇਣ ਦੀ ਕੋਸ਼ਿਸ਼ ਕਰਨੀ ਚਾਹੁੰਦੇ ਹਾਂ। ਅਸੀਂ ਇਸੇ ਵਾਸਤੇ ਹੀ ਆਏ ਸਾਰਾ ਕੁਝ ਛੱਡ ਛਡਾ ਕੇ ਤਾਂ ਕਿਉਂਕਿ ਬੜਾ ਔਖਾ ਹੁੰਦਾ ਆ ਆਪਣਾ ਘਰ ਬਾਰ ਕਿਉਂਕਿ ਅਸੀਂ 25 ਸਾਲ ਤੋਂ ਉੱਥੇ ਰਹਿ ਰਹੇ ਹਾਂ ਸਾਡੇ ਬੱਚੇ ਉੱਥੇ ਪੜ੍ਹ ਰਹੇ ਆ ਉਹਨਾਂ ਨੂੰ ਲੈ ਕੇ ਇੱਥੇ ਮੂਵ ਹੋਣਾ ਅਤੇ ਪਰ ਜੇ ਸਰਕਾਰ ਜਾਂ ਕੋਈ ਸਾਡਾ ਸਾਥ ਨਹੀਂ ਦਿੰਦੇ ਹੈਲਪ ਨਹੀਂ ਕਰਦੇ ਤਾਂ ਫਿਰ ਨੋਰਮਲ ਗੱਲ ਆ ਕਿ ਅਸੀਂ ਰੌਲਾ ਪਾਉਂਦੇ ਹਾਂ ਪੰਜਾਬ ਵੀ ਸਰਕਾਰ ਵੀ ਰੌਲਾ ਪਾਉਂਦੀ ਕਿ ਪੰਜਾਬੀਆਂ ਨੂੰ। ਮੇਰਾ ਨਾਂ ਕਵਲਜੀਤ ਸਿੰਘ ਹੈ ਜੀ ਅਸੀਂ ਪਿੰਡ ਪਰਵਾਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਕਾਲਾ ਦੇ ਰਹਿਣ ਵਾਲੇ ਹਾਂ। ਅਸੀਂ ਨਾਗਰਿਕ ਇਸ ਟਾਈਮ ਅਸੀਂ ਸਪੇਨ 25 ਸਾਲ ਤੋਂ ਸਪੇਨ ਰਹਿੰਦੇ ਮੈਂ ਅਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਸੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸੈਟਅਪ ਕਰਨ ਲਈ ਆਏ ਅਤੇ ਕੱਲ੍ਹ 2 ਦਿਨ ਪਹਿਲਾਂ ਅਸੀਂ ਇੱਥੋਂ ਘੁੰਮਣ ਵਾਸਤੇ ਜਿਹੜਾ ਵਾ ਉਹ ਡਲਹੌਜ਼ੀ ਗਏ ਸੀ ਅਤੇ ਸਾਨੂੰ ਉਹਨਾਂ ਬੰਦਿਆਂ ਨੇ ਮੇ ਵੀ ਘੱਟੋ ਘੱਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਵਾ ਉਹ ਖਜਾਰ ਜਗ੍ਹਾ ਜਿਹੜੀ ਇੱਕਦਮ ਅਟੈਕ ਕਰਤਾ ਸਾਡੇ 'ਤੇ ਅਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਕੋਈ ਗੱਲ ਕੀਤੀ ਹੈ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਅਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਿਰ ਵਿੱਚ ਮੇਰੇ ਆਹ 2-3 ਦਿਨ ਮੈਂ ਕੋਮਾ 'ਚ ਰਿਹਾ ਵਾਂ ਅਤੇ
ਅੱਜ ਜਿਹੜਾ ਵਾ ਮੈਂ ਬਾਂਹ ਮੇਰੀ ਟੁੱਟੀ ਨਾਲੇ ਅਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀਆਂ ਸੀ ਉਹ ਡਿਲੀਟ ਕਰ ਦਿੱਤੀਆਂ ਪੁਲਿਸ ਉਹ ਪੁਲਿਸ ਦੀ ਸੁਣਦੇ ਨਹੀਂ ਇੰਨਾ ਹਜੂਮ ਹੀ ਇੰਨਾ ਜ਼ਿਆਦਾ ਗੱਲ ਸਿਰਫ ਇਸ ਕਰਕੇ ਹੋਈ ਕਿ ਉਹ ਮੇਰੇ ਅਸੀਂ ਉੱਥੇ ਪਾਰਕਿੰਗ ਲਾਈ ਗੱਡੀ ਅਤੇ ਸਿਰਫ ਇੱਕ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਸੀ ਤਾਂ ਉਹ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕਹੀ ਚਪੇੜ ਕਿਉਂ ਮਾਰਾਂ ਕਿਉਂ ਬਈ ਚਪੇੜ ਕਿਉਂ ਮਾਰੇਂਗਾ ਤੂੰ ਮਤਲਬ ਗਲਤ ਕਿਉਂ ਬੋਲਦਾ ਵਾ ਇੱਦਾਂ ਬੋਲਣਾ ਨਹੀਂ ਚਾਹੀਦਾ ਅਤੇ ਉਸ ਬੰਦੇ ਨੇ ਇੱਕ ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਲਿਆ ਅਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ ਇੱਦਾਂ ਹਾਂਜੀ ਅਤੇ ਇੰਨਾ ਕੁ ਅਟੈਕ ਕੀਤਾ ਸਾਡੇ 'ਤੇ ਕਿ ਪਤਾ ਨਹੀਂ ਲੋਕ ਪਹਿਲਾਂ ਵੀ ਦੱਸ ਰਹੇ ਨੇ ਕਿ ਪੰਜਾਬੀਆਂ ਨੂੰ ਤਕਰੀਬਨ ਉੱਥੇ ਜ਼ਿਆਦਾ ਅਟੈਕ ਕਰ ਰਹੇ ਨੇ ਲੋਕ ਅਤੇ ਮੈਂ ਵੀ ਇਹ ਗੱਲ ਕਹਿੰਦਾ ਕਿ ਕੋਈ ਪੰਜਾਬੀ ਵੀਰ ਉਹ ਜਾਵੇ ਨਾ ਉੱਧਰ ਨੂੰ ਜਿਹੜਾ ਵਾ ਹਿਮਾਚਲ 'ਚ ਨਾ ਜਾਣ ਕਿਉਂਕਿ ਹਿਮਾਚਲ 'ਚ ਲੋਕਾਂ ਦਾ ਜਿਹੜਾ ਵਾ ਆਪਣੇ ਪੰਜਾਬੀ ਲੋਕਾਂ ਨੂੰ ਜਿਹੜਾ ਵਾ ਉਹ ਕੁੱਟਮਾਰ ਕਰ ਰਹੇ ਸਭ ਇਕੱਠੇ ਹੋ ਗਏ ਵੈਨ ਹਾਂਜੀ ਬਿਲਕੁਲ ਬਿਲਕੁਲ ਜੀ ਨਹੀਂ ਜੀ ਕੋਈ ਸਾਡੇ ਕੋਈ ਹਥਿਆਰ ਨਹੀਂ ਨਾ ਅਸੀਂ ਕਿਸੇ ਨਾਲ ਗਲਤ ਲੈਂਗੁਏਜ ਯੂਜ ਕੀਤੀ ਹੈ ਨਾ ਅਸੀਂ ਤਾਂ ਆਪਣੇ ਪਰਿਵਾਰ ਦੇ ਨਾਲ ਗਏ ਹਾਂ ਅਤੇ ਇੱਥੇ ਰਹਿਣ ਲਈ ਪੱਕੇ ਤੌਰ ਦੇ ਉੱਤੇ ਜੋ ਸਾਡੀ ਸਰਕਾਰ ਰੌਲਾ ਪਾ ਰਹੀ ਕਿ ਪੰਜਾਬ ਦੇ ਵਿੱਚ ਬਿਜ਼ਨਸ ਸਟਾਰਟ ਕਰੋ ਅਤੇ ਅਸੀਂ ਤਾਂ ਸਾਰਾ ਕੁਝ ਉੱਥੋਂ ਛੱਡ ਛਡਾ ਕੇ ਆਪਣੇ ਪੰਜਾਬ ਦੇ ਵਿੱਚ ਆਪਣੇ ਇਨਵੈਸਟ ਕਰਨਾ ਬਿਲਕੁਲ ਜੀ ਸਾਨੂੰ ਅਤੇ ਹੁਣ ਇਹ ਬਾਰੇ ਸੋਚਣਾ ਪਊਗਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਏਡੀ ਵਧੀਆ ਸੇਫ ਲਾਈਫ ਜੀਂਦੇ ਆਏ ਹਾਂ ਅਤੇ ਇੱਥੇ ਆਉਂਦਿਆਂ ਸਾਰੀ ਇਹ ਕੰਮ ਹੋਣੇ ਸ਼ੁਰੂ ਹੋ ਗਏ ਆ ਅਤੇ ਜਿੱਥੇ ਤੁਸੀਂ ਆਪ ਹੀ ਸੇਫ ਨਹੀਂ ਜੇ ਉੱਥੇ ਤੁਸੀਂ ਬਿਜ਼ਨਸ ਕੀ ਕਰੋਗੇ ਇਹੋ ਹੀ ਮੰਗ ਸਾਡੀ ਮੰਗ ਨਾ ਕਿਸੇ ਨੂੰ ਅਸੀਂ ਕਿਸੇ ਨਾਲ ਲੜਨਾ ਚਾਹੁੰਦੇ ਹਾਂ ਨਾ ਹੀ ਕਿਸੇ ਨੂੰ ਅਸੀਂ ਇਹੀ ਕਹਿੰਦੇ ਹਾਂ ਕਿ ਪਲੀਜ਼ ਜਿਹੜੇ ਸਾਡੀ ਮੰਗ ਤਾਂ ਇਹ ਆ ਕਿ ਅਸੀਂ ਤਾਂ ਇੱਥੇ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹਾਂ ਔਨਲਾਈਨ ਬਿਜ਼ਨਸ ਕਰਦਿਆਂ ਨੂੰ ਸਾਨੂੰ ਕਾਫੀ ਸਾਲ ਹੋ ਗਏ ਆ ਜੋ ਕਿ ਸਾਡੇ ਕੋਲ ਇੱਕ ਆਪਸ਼ਨ ਆ ਜਿਹੜੀ ਅਪਰਚੁਨਿਟੀ ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਦੇਣੀ ਚਾਹੁੰਦੇ ਹਾਂ ਕਿ ਵਾਕਿਆ ਹੀ ਸਾਡੇ ਪੰਜਾਬੀ ਜਿਹੜੇ ਆ ਹੋ ਸਕਦਾ ਵਾ ਇੰਟਰਨੈਟ ਦਾ ਵਾਕਿਆ ਹੀ ਬੈਨੀਫਿਟ ਲੈ ਕੇ ਅਤੇ ਇਹ ਤੋਂ ਵਧੀਆ ਇਨਕਮ ਜਿਹੜੀ ਜਨਰੇਟ ਕਰ ਲੈਣ ਜੋ ਕਿ ਅਸੀਂ ਕਰ ਰਹੇ ਹਾਂ ਜਿਹਨੇ ਸਾਨੂੰ ਫਾਈਨੈਂਸ਼ੀਅਲੀ ਤੌਰ 'ਤੇ ਫਰੀ ਕੀਤਾ ਕਿ ਅਸੀਂ ਅੱਜ ਵੀ ਇੱਥੇ ਬੈਠੇ ਹਾਂ ਅਤੇ ਸਾਨੂੰ ਇਨਕਮ ਆ ਰਹੀ ਆ ਕਿਉਂਕਿ ਇਹਦਾ ਇੱਕ ਇੰਟਰਨੈਟ ਇਹੋ ਜਿਹੀ ਚੀਜ਼ ਆ ਜਿਹੜੀ ਕਿ ਇਹਦਾ ਕੋਈ ਬਾਰਡਰ ਨਹੀਂ ਹੈਗਾ ਇਹ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਤੁਹਾਨੂੰ ਇਹਦਾ ਇੱਕ ਬਹੁਤ ਵਧੀਆ ਇਨਕਮ ਦਾ ਸੋਰਸ ਹੈ ਨਾ ਜੀ ਨਾ ਪੁਲਿਸ ਵਾਲੇ ਇੱਕ ਪੁਲਿਸ ਵਾਲਾ ਹੀ ਜਿਹੜਾ ਮੁੰਡਾ ਸਾਨੂੰ ਹੋਸਪਿਟਲ ਲੈ ਕੇ ਗਿਆ ਉਹ ਉਲਟਾ ਸਾਨੂੰ ਹੀ ਉਹ ਦਬਕੇ ਮਾਰਦੇ ਰਹੇ ਨੇ ਅਤੇ ਅਸੀਂ ਪਿੱਛੇ ਪਿੱਛੇ ਸਾਨੂੰ ਕਰਦੇ ਰਹੇ ਨੇ ਪਰ ਇੰਨਾ ਬੰਦਾ ਸੀ ਉਹ ਪੁਲਿਸ ਵਾਲਿਆਂ ਦੀ ਵੀ ਨਹੀਂ ਕੋਈ ਸੁਣਦੇ ਨਹੀਂ ਪੁਲਿਸ ਉਹ ਜਦੋਂ ਅਸੀਂ ਪੁਲਿਸ ਥਾਣੇ ਗਏ ਹਾਂ ਨਾ ਉਹਨਾਂ ਨੇ ਉਹ ਵੀਡੀਓ ਜਿਹੜੀਆਂ ਨੇ ਉਹ ਕਿਉਂਕਿ ਮੇਰੀ ਵਾਈਫ ਸਪੈਨਿਸ਼ ਹੈ ਅਤੇ ਉਹਨਾਂ ਨੇ ਇਸ ਗੱਲ ਤੋਂ ਡਰਦਿਆਂ ਜਾਂ ਉਹ ਜਿਹੜੀਆਂ ਵੀਡੀਓ ਸਾਰੀਆਂ ਡਿਲੀਟ ਕਰ ਦਿੱਤੀਆਂ ਨੇ ਬਿਲਕੁਲ ਬਿਲਕੁਲ ਉਹਨਾਂ ਨਾਲ ਹੀ ਮਿਸਬਿਹੇਵ ਕਰਨ ਦੀ ਕੋਸ਼ਿਸ਼ ਕਰਦੇ ਸੀ ਨਾ ਉਹ ਅਤੇ ਤਾਂ ਹੀ ਜ਼ਿਆਦਾ ਮਸਲਾ ਰੌਲਾ ਅਸੀਂ ਅੱਗੋਂ ਜਦੋਂ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ